ਮੀਨਾ ਲਾ ਗਿਆ ਪੰਜਵਾ ਪੀਟੀ ਕਰਦੇ ਨੂੰ ਕਹਿੰਦੇ ਪੀਟੀ ਕਰ ਹੈ ਪੀਟੀ ਕਰ ਫਿਰ ਗਾਇਬ ਨਾ ਦੇ ਕਰਨਾ ਮੇਰਾ ਭਰਾ ਯਾ ਸਾਹ ਚਾਰ ਤੇ ਮੈਂ ਤੇ 9ਵੇਂ ਮਹੀਨੇ ਪਹਿਲਾਂ ਸਵੇਰੇ ਉੱਠਦੇ ਆਂ ਵੀ ਸਵੇਰੇ ਉੱਠਦੇ ਹਾਂ ਜੀ ਹਾਂਜੀ ਫਿਰ ਨਾ ਦੋ ਪਾਠ ਵਗੈਰਾ ਕਰ ਲਏ ਚੰਗੀ ਗੱਲ ਹੈ ਜੀ ਫਿਰ ਤਿਆਰ ਹੋ ਕੇ ਇੰਸਟੀਟਿਊਟ ਆਏ ਨੇ ਕਿਵੇਂ ਸੁੱਟ ਦੇਣਾ ਤੇ ਰੋਣ ਲੱਗ ਗਏ ਜੀ ਭੈਣ ਭਰਾ ਹੈਗੇ ਜੀ ਕੋਈ ਛੋਟਾ ਵੱਡਾ ਛੋਟਾ ਭਰਾ ਉਹ ਲੜਦਾ ਤੁਹਾਡੇ ਨਾਲ ਜੀ ਬਹੁਤ ਲੜਦਾ ਕਿੰਨੇ ਕਿਹੜੀ ਗੱਲ ਤੇ ਲੜਦਾ ਜੀ ਉਹ ਤਾਂ ਗੱਲ ਗੱਲ ਤੇ ਮਾਰਦਾ ਰਹਿੰਦਾ ਮਤਲਬ ਤੁਸੀਂ ਥਾਪੜੇ ਖਾਂਦੇ ਜੀ ਵੀ ਤੇਰਾ ਵਿਆਹ ਕਰਾਂਗੇ ਜੀ ਖਾਸ ਚੀਜ਼ ਦੀ ਕੋਈ ਘਾਟ ਨਹੀਂ ਜੀ ਆਪਾਂ ਨੂੰ ਬਸ ਉਹੀ ਚੀਜ਼ ਮੈਸੇ ਕਰਦੇ ਹਾਂ ਜੀ ਬਹੁਤ ਟਾਈਮ ਲੰਘਾਉਣਾ ਸੀ ਜੀ ਆਪਣੇ ਫਾਦਰ ਸਾਹਿਬ ਨਾਲ ਬਹੁਤ ਪਿਆਰ ਸੀ ਮੇਰੇ ਵੀ ਵੈਸੇ ਡੈਡੀ ਐਕਸਪਾਇਰ ਹੋਏ ਹੋਏ ਨੇ ਨਾ ਤੇ ਮੈਂ ਬਸ ਮੰਮਾ ਨੂੰ ਜ਼ਿਆਦਾ ਪਿਆਰ ਕਰਦੀ ਹਾਂ ਅਤੇ ਉਹ ਵੀ ਮੇਰੇ ਬੈਸਟ ਫਰੈਂਡ ਨੇ ਔਰ ਮੈਂ ਹਰ ਗੱਲ ਸ਼ੇਅਰ ਕਰਦੀ ਹਾਂ ਉਹਨਾਂ ਨਾਲ ਅਤੇ ਬਸ ਮੈਂ ਚਾਹੁੰਦੀ ਹਾਂ ਉਹ ਹਮੇਸ਼ਾ ਖੁਸ਼ ਰਹਿਣ ਅਤੇ ਜਿਹੜੇ ਉਹਨਾਂ ਦੇ ਸੁਪਨੇ ਨੇ ਪੂਰੇ ਹੋਣ हाँ जी सत श्रीकाल मित्रों की हाल चाल है उम्मीद करता जिन्हें कि आने वीडियो देखते हो भी सारे चढ़ती कला च होंगे जिहड़ियां अज दियां रौनकां ने जो लगनियां शहर संगरूर दे विच तुहानू पता भी जो भी वीडियो संगरूर शूट होंदी है तुहानू पता फिर वीडियो ज़्यादा धक्के वाली हो जाती है धक्के लिए क्यों हो जाते तुहानू पता भी संगरूरी फिर धक्का कर जाते मित्रों सो इंस्टीट्यूट का नाम है पहले बच्चों को बुला दिए फिर तुहानू दसांगे तो मुंडे कोले मुंडिया मुंडिया ने बोलना ठीक है जी कुड़ियां ने नहीं बोलना आप यही चैक करना भी बाद च किन्ने च दम ज़्यादा है इंस्टीट्यूट का नाम की है जी वेरी गुड वेरी गुड वेरी गुड सो हम कुड़ियां तो बुला के देख लिए भी कुड़ियां जाग देने जा नहीं जाग दिया इंस्टीट्यूट का नाम की है जी ब्लैकस्टोन कुड़ियां तो भी हैं बोली सी दोबारे बोलो देखो मुंडे कहना उच्ची बोले फिर कहोगे भी साड़ी पख नहीं लैंदा ला मुंडे तुसी बोलो ठीक है ना पता लगे सारे फिर इंस्टीट्यूट का नाम की है जी ब्लैकस्टोन ज्यादा जोर लागे थी ना कोई नहीं कोई नहीं कोई नहीं आ हुन कुड़ियां तुसी बोलना ठीक है देख ले कहना उच्ची बोल दा मुंडे हुन इंस्टीट्यूट का नाम की है जी वेरी गुड जी सो इंस्टीट्यूट का नाम है जी ब्लैक स्टोन इंस्टीट्यूट है संगरूर के पैंता सौ फुट की शुरुआत करते हैं आम बच्चों ने गल बात करते मैम की शुरुआत कर लें हाँ की सारे जी सत श्री अकाल कहते सत श्री अकाल सारे कहते ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਆਪਣਾ ਨਾਮ ਦੱਸ ਦੋ ਹੁਣ ਸਾਰੇ ਮਾਈ ਨੇਮ ਇਜ਼ ਜੋਬਨਪ੍ਰੀਤ ਕੌਰ ਉਹ ਹੋ ਇੰਗਲਿਸ਼ ਵੀ ਆ ਗਈ ਹੈ ਸਿੰਗਲ ਚ ਗੱਲ ਕਰ ਲਈ ਫਿਰ ਉਹਨਾਂ ਫਿਰ ਕੁੜੀ ਕੋ ਮੈਂ ਪੰਜਾਬੀ ਚ ਬੋਲਦਾ ਸੋਹਣਾ ਲੱਗਦਾ ਹਾਂ ਜੀ ਮੈਮ ਹਾਊ ਆਰ ਯੂ ਆਈ ਏਮ ਫਾਈਨ ਓਕੇ ਵਾਟ ਆਰ ਯੂ ਡੂਇੰਗ ਕਈ ਵਾਰੀ ਇਹ ਹੈ ਵੀ ਅੰਗਰੇਜ਼ੀ ਟਾਈਮ ਨਾਲ ਮੁੱਕ ਜਾਂਦੀ ਹੈ ਇਸ ਲਈ ਪੰਜਾਬੀ ਚ ਗੱਲ ਕਰ ਲੈਂਦੇ ਆ ਹਾਂਜੀ ਨਾਮ ਕੀ ਜੀ ਆਪਣਾ ਜੀ ਮੇਰਾ ਨਾਮ ਜੋਬਨਪ੍ਰੀਤ ਕੌਰ ਹੈ ਜੋਬਨਪ੍ਰੀਤ ਕੌਰ ਤੁਹਾਡਾ ਨਾਮ ਹੈ ਕਿੰਨੇ ਸਮੇਂ ਤੋਂ ਪੀਟੀ ਕਰਦੇ ਸੀ ਮੈਂ 15 ਡੇਜ਼ ਹੋਏ 15 ਡੇਜ਼ ਹੋਏ ਕਿੰਨਾ ਸਮਾਂ ਲਾਉਣਾ ਹੈ ਜੀ ਬਸ 10 ਡੇਜ਼ ਹੋਰ 10 ਡੇਜ਼ ਮਤਲਬ ਡੇ ਮਥੇ ਹੋਇਆ ਤੁਸੀਂ ਨੇ ਜੀ ਹਾਂਜੀ ਕਿਉਂਕਿ ਮੇਰੀ ਐਕਸਪਾਇਰ ਹੋ ਗਈ ਪਹਿਲਾਂ ਕੀਤੀ ਹੋਈ ਹੈ ਪੀਟੀ ਓਹੋ ਪਹਿਲਾਂ ਕੀ ਪਾਣਾ ਵਾਪਰਿਆ ਸੀਗਾ ਜੀ ਰਿਫਿਊਜ਼ਲਸ ਆਈਆਂ ਨੇ ਮੀਆਂ ਰਿਫਿਊਜ਼ਲ ਆਈਆਂ ਨੇ ਹਾਂਜੀ ਮਤਲਬ ਜ਼ਿਆਦਾ ਆਈਆਂ ਨੇ ਦੋ ਰਿਫਿਊਜ਼ਲਸ ਆਈਆਂ ਨੇ ਕਿੱਥੋਂ ਕਿੱਥੋਂ ਆਈਆਂ ਸੀ ਇੱਕ ਆਸਟ੍ਰੇਲੀਆ ਤੋਂ ਇੱਕ ਕੈਨੇਡਾ ਤੋਂ ਅੱਛਾ ਆਸਟ੍ਰੇਲੀਆ ਤੋਂ ਕਿਉਂ ਆਏ ਸੀ ਕੀ ਗੱਲ ਮਤਲਬ ਬੈਂਡਾ ਚ ਦਿੱਕਤ ਥੋੜੀ ਜੀ ਨਹੀਂ ਮੇਰਾ ਗੈਪ ਸੀਗਾ ਕਿੰਨੇ ਸਾਲਾਂ ਦਾ ਗੈਪ ਸੀਗਾ 3 ਸਾਲ ਦਾ ਗੈਪ ਸੀਗਾ ਸਟੱਡੀ ਦੇ ਵਿੱਚ ਓਕੇ ਫਿਰ ਉਹ ਰਿਫਿਊਜ਼ਲ ਤੋਂ ਬਾਅਦ ਬੰਦੇ ਦਾ ਮਨ ਬੜਾ ਖਰਾਬ ਹੁੰਦਾ ਹੈ ਹਾਂਜੀ ਬਹੁਤ ਜ਼ਿਆਦਾ ਕਿੰਨਾ ਕਮਾਨ ਉਦਾਸ ਹੋਇਆ ਸੀਗਾ ਬਹੁਤ ਜ਼ਿਆਦਾ ਫਿਰ ਸੋਚਿਆ ਨਹੀਂ ਤੁਸੀਂ ਫਿਰ ਕੀ ਸੋਚਿਆ ਵੀ ਯਾਰ ਹੁਣ ਤਾਂ ਰਿਫਿਊਜ਼ਲ ਲੱਗੇ ਵੀ ਹੁਣ ਤਾਂ ਛੱਡ ਨਹੀਂ ਮੇਰਾ ਡ੍ਰੀਮ ਹੈਗਾ ਹਾਂ ਤਾਂ ਕਰਕੇ ਡ੍ਰੀਮ ਕੀ ਹੈ ਬਾਹਰ ਜਾਣ ਦਾ ਕਿਹੜੀ ਕੰਟਰੀ ਜਾਣ ਦਾ ਕਿਤੇ ਕੈਨੇਡਾ ਆਸਟ੍ਰੇਲੀਆ ਕਿਤੋਂ ਵੀ ਪਰ ਆਸਟ੍ਰੇਲੀਆ ਦੀ ਮੇਰੀ ਫਾਈਲ ਲੱਗਦੀ ਨਹੀਂ ਹੈਗੀ ਹੁਣ ਮਤਲਬ ਕੀ ਫਿਰਦੀ ਹੈ ਸਾਫ ਜੀ ਗੱਲ ਕਹੀਏ ਹੈ ਬਾਹਰ ਹੀ ਜਾਣਾ ਕਿਉਂ ਸੋਚਿਆ ਵੀ ਮੈਂ ਹੁਣ ਬਾਹਰ ਹੀ ਜਾਣਾ ਹੈ ਜਦੋਂ ਬਾਰ-ਬਾਰ ਰਿਫਿਊਜ਼ਲ ਵਾਲਾ ਤੋਹਫਾ ਮਿਲ ਰਿਹਾ ਹੈ ਮਤਲਬ ਕਿ ਜਿਹੜੇ ਲੋਕ ਸੋਚਦੇ ਨੇ ਵੀ ਹਾਂ ਇਹ ਨਹੀਂ ਜਾ ਸਕਦੇ ਹੈਗੇ ਜਾਂ ਨਹੀਂ ਇਹ ਕਰ ਸਕਦੇ ਹੈਗੇ ਲੋਕਾਂ ਦੇ ਮੂੰਹ ਬੰਦ ਕਰਨੇ ਆ ਓਹ ਹੋ ਇਹਦਾ ਮਤਲਬ ਲੋਕਾਂ ਨੂੰ ਮਤਲਬ ਮੱਚਦੇ ਆ ਲੋਕੀ ਤੁਹਾਡੇ ਤੇ ਹਾਂ ਹੈ ਕੁਰਸੀ ਲਾ ਕੇ ਦੇ ਦੇਖ ਕੇ ਕਿੰਨੇ ਕ ਮੱਚਦੇ ਆ ਇੱਕ ਮਿੰਟ ਇੱਥੇ ਰਹਿਓ ਜੀ ਮੈਂ ਕੁਰਸੀ ਚੱਕ ਲਿਆਵਾਂ ਕੁੜੀ ਕਹਿੰਦੀ ਵੀ ਜਿਹੜੇ ਬੋਲਦੇ ਆ ਜ਼ਿਆਦਾ ਉਹਨੇ ਮੂੰਹ ਬੰਦ ਕਰਨੇ ਮੈਨੂੰ ਤਾਂ ਨਹੀਂ ਕਹੀ ਜਾਂਦੀ ਮਜ਼ਾਕ ਕਰਦੇ ਆ ਜੀ ਲੋਕੀ ਮੱਚਦੇ ਆ ਜੀ ਮਤਲਬ ਗਵਾਂਢੀ ਤੁਹਾਡੇ ਤੇ ਲੱਗਦਾ ਜਾਂ ਰਿਸ਼ਤੇਦਾਰ ਲੱਗਦੇ ਆ ਰਿਸ਼ਤੇਦਾਰ ਵੀ ਗਵਾਂਢੀ ਵੀ ਜਿਹੜੇ ਕਹਿੰਦੇ ਆ ਇੰਨੇ ਟਾਈਮ ਤੋਂ ਤੁਰੇ ਫਿਰਦੇ ਆ ਇੰਨੇ ਟਾਈਮ ਤੋਂ ਤੁਰੇ ਫਿਰਦੇ ਆ ਕੀ ਕਰਦੇ ਹੋ ਬਸ ਹੁਣ ਉਹਨਾਂ ਦਾ ਡ੍ਰੀਮ ਮੈਂ ਆਪ ਦਾ ਡ੍ਰੀਮ ਪੂਰਾ ਕਰਨਾ ਉਹਨਾਂ ਦੇ ਮੂੰਹ ਬੰਦ ਕਰਨੇ ਆਗੇ ਵੀ ਹਾਂ ਮੈਂ ਇੱਥੇ ਤੱਕ ਪਹੁੰਚਣ ਵਾਲੀ ਹੈਗੀ ਸੀ ਹਾਂ ਹਾਂ ਕੀ ਬਾਤ ਚਲੋ ਸੋਚ ਚੰਗੀ ਚੰਗੀ ਪਹਿਲੇ ਮੇਰੀ ਤਾੜੀ ਲਾਈ ਵੀ ਜੱਜਬਾ ਕੁੜੀ ਚ ਹੈਗੇ ਪਰ ਇੱਕ ਗੱਲ ਨਹੀਂ ਸਮਝ ਆਉਣੀ ਮੈਨੂੰ
बाकी चलो ठीक है, ये गुआंढी लग देगा तो है। बस ऐदा ही ਵੀ ਇਹਨਾਂ ਟਾਈਮ ਤੋਂ ਤੋਰੇ ਫਿਰਦੇ ਹੈਗੇ ਕੀ ਆ, ਬੈਂਡ ਵੀ ਆ ਗਏ, ਤੁਸੀਂ ਫਾਈਲ ਵੀ ਲਾਤੀ ਸੀ, ਏਦਾਂ ਨਹੀਂ ਪਤਾ ਹੁੰਦਾ ਵੀ ਲੋਕਾਂ ਨੂੰ ਵੀ ਰਿਫਿਊਜ਼ਲ ਆਉਣ ਦੇ ਕਾਰਨ ਵੀ ਕੁਛ ਹੋਰ ਹੁੰਦੇ ਨੇ, ਜ਼ਰੂਰੀ ਨ਀ ਹੁੰਦਾ ਵੀ ਬੈਂਡ ਘੱਟ ਨੇ ਤਾਂ ਕਰਕੇ ਰਿਫਿਊਜ਼ਲ ਆਈ ਹੈਗੀ, ਰਿਫਿਊਜ਼ਲ ਦੇ ਬਹੁਤ ਜ਼ਿਆਦਾ ਕਾਰਨ ਹੁੰਦੇ ਨੇ। ਸਹੀ ਗੱਲ ਹੈ ਜੀ, ਸਹੀ ਗੱਲ ਹੈ। ਰਿਸ਼ਤੇਦਾਰ ਰਿਸ਼ਤੇਦਾਰ ਲੱਗਦੇ ਤੁਹਾਡੇ ਜੀ? ਰਿਸ਼ਤੇਦਾਰ ਬਹੁਤ ਰਿਸ਼ਤੇਦਾਰ ਵੀ ਲੱਗਦੇ ਨੇ। ਰਿਸ਼ਤੇਦਾਰ ਕਿਉਂ ਲੱਗਦੇ ਹੁਣ? ਬਸ ਰਿਸ਼ਤੇਦਾਰ ਉਹੀ ਲੱਗਦੇ ਨੇਗੇ। ਹਾਂ ਆਪਣੇ ਕਿੱਥੇ ਨਾਨਕੇ ਕਿੱਥੇ ਕਿੱਥੇ ਤੜਾਈਏ ਟਾਈਮ ਨਾਲ ਹੀ ਸਾਰਿਆਂ ਨਾਲ बाहर लगते जी? नहीं आने जी नहीं लाया आ रहा तो। अच्छा तुडे ऐ भी करते जी लगे वापस ही मुड़े आके फिर तेरे तो हूं को रेड ते जाणू तैयार बैठे जी ओ तो बस। अच्छा ਉਹਦਾ ਜੀ ਨਹੀਂ ਲੱਗਿਆ ਬਾਪ ਸਾਰੇ ਜੀ? ਹਾਂਜੀ ਉਹ ਤੁਹਾਡੇ ਤੇ ਲੱਗਦੇ ਨੇ? ਉਹ ਲੱਗਦੇ ਨੇ। ਉਹ ਕਿਉਂ ਲੱਗਦਾ ਫਿਰ? ਬਸ ਇਦਾਂ ਹੀ ਰਿਸ਼ਤੇਦਾਰ ਲੱਗਦੇ ਹੁੰਦੇ ਨੇਗੇ ਕਿ ਵੀ ਪੇਰੈਂਟਸ ਨੂੰ ਕਹਿੰਦੇ ਆ ਤੁਸੀਂ ਐਵੇਂ ਕਰ ਦੋ ਇੰਨੇ ਪੈਸੇ ਖਰਾਬ ਕਰੀ ਜਾਂਦੇ ਹੋਗੇ, ਤੁਸੀਂ ਵਿਆਹ ਕਰ ਦੋ ਇਹ ਕਰ ਦੋ, ਪਰ ਮੇਰੇ ਮੰਮੀ ਡੈਡੀ ਬਹੁਤ ਮੇਰਾ ਸਪੋਰਟ ਕਰਦੇ ਨੇ ਬਹੁਤ ਜ਼ਿਆਦਾ, ਮਤਲਬ ਕਿ ਮੇਰੇ ਪਾਪਾ ਮੇਰੀ ਬਹੁਤ ਜ਼ਿਆਦਾ ਸਪੋਰਟ ਕਰਦੇ ਨੇਗੇ, ਕਹਿੰਦੇ ਨੇ ਵੀ ਹਾਂ ਮੈਂ ਆਪਣੇ ਮੈਨੂੰ ਇਹੀ ਮਾਣ ਹੈਗਾ ਵੀ ਮੈਂ ਆਪਣੇ ਮਾਂ ਪਿਓ ਦਾ ਨਾਮ ਉੱਚਾ ਕਰਨਾ। ਨਹੀਂ ਨਹੀਂ ਜ਼ਰੂਰ ਕਰੋਗੇ, ਕੁਝ ਬਣ ਕੇ ਦਿਖਾਉਣਾ ਉਹਨਾਂ ਨੂੰ। ਉਹਨਾਂ ਨੇ ਮੇਰੇ ਤੇ ਇੰਨਾ ਪੈਸਾ ਲਾਇਆ, ਮੈਨੂੰ ਇੰਨਾ ਮਤਲਬ ਕਿ ਪੜਾ ਰਹੇ ਨੇ, ਇੰਨੇ 2-3 ਸਾਲ ਹੋ ਗਏ ਮੈਨੂੰ ਫਿਰਦੀ ਨੂੰ ਰਿਫਿਊਜ਼ਲਸ ਦੇ ਵਿੱਚ, ਪਹਿਲਾਂ ਮੈਂ ਆਇਲਸ ਕੀਤੀ ਫਿਰ ਮੈਂ ਪੀਟੀ ਕੀਤੀ, ਉਸ ਤੋਂ ਬਾਅਦ ਮੈਂ ਹੁਣ ਦੁਬਾਰਾ ਫੇਰ ਪੀਟੀ ਕਰ ਰਹੀ ਹਾਂ ਜੀ, ਉਹਦੇ ਕਰਕੇ ਬਸ ਮੈਨੂੰ ਆਇਆ ਵੀ ਮਤਲਬ ਮੇਰੇ ਮਾਪਿਓ ਦਾ ਨਾਮ ਉੱਚਾ ਹੋ ਗਿਆ। ਸੰਘਾਸ ਖਾਸਾ ਟਾਈਮ ਹੋ ਗਿਆ ਤੁਹਾਨੂੰ ਕਰਦੇ ਨੂੰ ਜੀ ਨਾ? ਹਾਂਜੀ ਹਾਂ ਗਵਾਂਢੀਓ, ਤੁਹਾਨੂੰ ਵੀ ਰਿਕੁਐਸਟ ਹੈ, ਰਿਸ਼ਤੇਦਾਰ ਤੁਹਾਨੂੰ ਵੀ ਰਿਕੁਐਸਟ ਹੈ, ਨਾ ਲਾਇਆ ਕਰੋ। ਉਹ ਲਾਉਂਦਾ ਪੰਜਾਬੀ ਜਿਹੜਾ ਉਂਗਲਾ ਲਾਉਂਦੇ ਆ ਜੀ, ਭੜਕਾਉਂਦੇ ਆ ਤੁਹਾਡੇ ਖਿਲਾਫ ਵੀ, ਜੇ ਕੁੜੀ ਨੂੰ ਹਟਾ ਲੈਣ ਕਿਸੇ ਤਰੀਕੇ ਨਾਲ। ਰਾਜਵੀਰ ਸਿੰਘ ਨਾਮ ਹੈ, ਆਪਾਂ ਕਿੰਨੇ ਸਮੇਂ ਤੋਂ ਪੀਟੀ ਕਰਦੇ ਮੇਰਾ ਭਰਾ? ਮੈਨੂੰ 5ਵਾਂ ਮਹੀਨਾ ਲੱਗ ਗਿਆ, ਮਹੀਨਾ ਲੱਗ ਗਿਆ 5ਵਾਂ। ਤਿਆਰੀ ਕਰ ਰਹੇ ਠੀਕ ਹੈ। ਮੌਕ ਟੈਸਟ ਕਿੰਨਾ ਕੁ ਸਕੋਰ ਆ ਜਾਂਦਾ? ਮੌਕ ਚੋਂ ਆ ਜਾਂਦੇ ਨੇ 60 ਕ ਆ ਜਾਂਦੇ ਨੇ। ਫਿਰ ਤਾਂ ਸਕੋਰ ਤੇਰਾ ਵਧੀਆ ਆ ਜਾਂਦਾ ਯਾਰ, ਚੰਗਾ ਲੱਗਦਾ। ਕਿੰਨੇ ਬੈਂਡਾਂ ਦੀ ਮੰਗ ਕਰਦਾ ਹੈ? ਬੈਂਡ 6 ਕੁ ਚਾਹੀਦੇ ਨੇ। 6 ਚਾਹੀਦੇ, ਮਤਲਬ 6-6.5 ਨੂੰ ਤੈਨੂੰ ਬਹੁਤ ਨੇ। ਕਿਹੜੀ ਕੰਟਰੀ ਸੋਚਦਾ ਵੀ ਮੈਂ ਆਹ ਕੰਟਰੀ ਜਾਊਂ? ਕੈਨੇਡਾ ਜਾਣਾ ਮੇਰੇ। ਕੈਨੇਡਾ ਕਰਨਾ ਕੀ ਚਾਹੁੰਦਾ ਹੈ? ਕੁਛ ਨਹੀਂ ਬਸ ਵਧੀਆ। ਕਿਵੇਂ ਮੰਨਦੇ ਸੀ ਪੜ੍ਹਾਈ ਦਾ ਲੋੜ ਹੈ ਦਿਮਾਗ ਤੇ? ਗੱਲ ਕੀ ਹੈ, ਕੋਈ ਲੋੜ ਨਹੀਂ ਹੈਗਾ। ਹਾਂ ਕੋਈ ਲੋੜ ਨਹੀਂ, ਕੋਈ ਪਰਿਵਾਰ ਵੱਲੋਂ ਟੌਰਚਰ ਕੀਤਾ ਵੀ ਛੇ-ਛੇ ਦੀ ਬੈਂਡ ਲੈ ਭਾਈ? ਨਾ ਕੋਈ ਦੋਸਤਾਂ ਮਿੱਤਰਾਂ ਵੱਲੋਂ? ਨਹੀਂ। ਦਿਮਾਗ 'ਚ ਕਿਹੜਾ ਰਿਹਾ ਐਟ ਪ੍ਰੈਜ਼ੈਂਟ ਵੀ ਮੈਂ ਜਾਂ ਪੜ੍ਹਾਈ ਪ੍ਰਤੀ ਸੀਰੀਅਸ ਆ ਵੀ ਮੈਂ ਪੜ੍ਹਨਾ ਸੀ ਯਾਰ 10 ਮਿੰਟ? ਹਾਂ ਯਾਰ ਪੇਪਰ ਭਰਿਆ ਹੋਇਆ ਸੀਗਾ ਤਾਂ ਕਰਕੇ। ਫਿਰ ਐਂ ਕਰਦਾ ਯਾਰ, ਮੁੰਡਾ ਪੜ੍ਹਾਈ ਦਾ ਕੰਮ ਆ, ਮੈਂ ਕਹਿੰਦਾ ਗੱਲਾਂ ਬਾਅਦ 'ਚ ਕਰਾਂਗੇ ਬਾਈ, ਤੋਂ ਡਿਸਕ੍ਰਾਈਬ ਮੇ ਸੁਣ ਲੈਨੇ ਆ। ਐਂ ਕਰ 1 ਮਿੰਟ ਲਈ ਬੋਲਣਾ, 30 ਸੈਕਿੰਡ ਦੀ ਹੁੰਦੀ ਨਾ ਡਿਸਕ੍ਰਾਈਬ ਮੇ ਸ਼ਾਇਦ। ਹਾਂ 40 ਦੀ ਉਹ ਡਿਸਕ੍ਰਾਈਬ ਮੇ ਨੂੰ ਬੋਲਨੇ ਬੋਲਣੇ ਆ ਕੈਮਰਾਮੈਨ ਬਾਰੇ ਹੈ। ਇਮੇਜ ਤਾਂ ਲੈ ਕੇ ਆ, ਇਮੇਜ ਹੀ ਹੈ। ਅੱਛਾ ਹਾਂ, ਇਹਦੇ ਬਾਰੇ ਬੋਲਣਾ 1 ਮਿੰਟ ਲਈ। ਲੈ ਸੁਣਿਆ ਮਿੱਤਰ, ਦੱਸੋ ਚੰਗਾ ਮੈਨੂੰ ਗਲਤੀ ਕਿੱਥੇ ਹੈ ਆਉਣ ਦੇ ਮੇਰਾ ਭਰਾ। There is an informative picture in the front of me. Let me have a closer look. By looking more closely, I can see various strands are emerging in this picture. This is a picture of a man. Moreover, I can see some different colors in this picture, like blue, green, red, or white. Moreover, also I can see some different words in this picture, like man, turban, t-shirt, shoes, and pant. Moreover, also I can see some different numbers in this picture, like 1, 2, 3, 4, 5. Overall, this is an informative picture. ਇੱਥੋਂ ਮੈਨੂੰ 2-4 ਚੀਜ਼ਾਂ ਸਿੱਖਣ ਨੂੰ ਮਿਲੀਆਂ ਨੇ। ਪਹਿਲਾਂ ਤਾਂ ਵੀ ਸਾਡੇ ਕੈਮਰਾਮੈਨ ਦੇ 1, 2, 4 ਤੱਕ ਨੰਬਰ ਵੀ ਲਿਖੇ ਹੋਏ ਆ। ਉਹ ਮੰਨ ਲਓ ਕਿ ਚਲੋ ਉਹ ਕਰ ਦਿਓ ਨਾ, ਆਹ ਕੀ ਹੁੰਦੇ ਨੇ, ਆਹ ਕਾਹਦੇ ਵਾਸਤੇ ਹੁੰਦੇ ਨੇ? ਹਾਂ ਵੀ ਬਾਹਾਂ ਕਾਲੀਆਂ ਨਾ ਹੋ ਜਾਣ ਜੀ। ਹਾਂਜੀ ਕੰਮਣ ਕੋ ਲੱਗੇ ਟਾਈਮ ਨਾਲ ਹੀ ਹੈ, ਆਹ ਕੋਈ ਚੱਕਰ ਨਹੀਂ। ਆਹ ਮਾਈਕ ਮੈਨੂੰ ਫੜਾ ਦਿਓ। ਨਾਮ ਕੀ ਹੈ ਜੀ? ਜਸਦੀਪ ਕੌਰ। ਜਸਦੀਪ ਕੌਰ ਨਾਮ ਹੈ। ਜਸਦੀਪ ਕੌਰ ਸ਼ੌਂਕ ਕਿੱਦਾਂ ਕਿੱਦਾਂ ਦੇ ਜੀ? ਕਿਵੇਂ ਟਾਈਮ ਨਾਲ ਹੀ ਮਰ ਗਏ ਸ਼ੌਂਕ? ਨਹੀਂ ਹੈ ਜੀ,
ਮੇਰਾ ਨਾਮ ਜਸਦੀਪ ਕੌਰ, ਪਿਤਾ ਦਾ ਨਾਮ ਲਖਵੀਰ ਸਿੰਘ, ਮਾਤਾ ਦਾ ਨਾਮ ਖੁਸ਼ਵਿੰਦਰ ਕੌਰ, ਭਰਾ ਦਾ ਨਾਮ ਹਰਜੋਬਨ ਸਿੰਘ, ਪਿੰਡ ਕੁਲਾਰਪੁਰ। ਪੂਰਾ ਐਪਲੀਕੇਸ਼ਨ ਮੈਂ ਬੋਲ ਰਿਹਾ ਜੀ, ਸਤਿਕਾਰ ਕਰਦੇ ਚੰਗੀ ਗੱਲ ਹੈ। ਬਸ ਮੈਂ ਵਗ ਜਾ ਜੀ, ਹੁਣ ਵਗ ਜਾ ਜੀ, ਇਹ ਵੀ ਟਾਈਮ ਨਾਲ ਤੁਰ ਕੀ ਰਹਾ ਜੀ ਵੈਸੇ। ਚਲੋ ਠੀਕ ਹੈ, ਕਿਹੜੀ ਕੰਟਰੀ ਕਿਹੜੀ ਸੋਚਦੇ? ਮੈਂ ਕੰਟਰੀ ਜਾਣਾ ਚਾਹੁੰਦੀ ਹਾਂ, ਨਿਊਜ਼ੀਲੈਂਡ ਜਾਂ ਕੈਨੇਡਾ। ਨਿਊਜ਼ੀਲੈਂਡ ਜਾਂ ਕੈਨੇਡਾ ਜੀ, ਮਤਲਬ ਪਹਿਲਾਂ ਤੁਸੀਂ ਨਿਊਜ਼ੀਲੈਂਡ ਜਾਓਗੇ ਜੀ? ਫਿਰ ਜੀ ਰੂਟੀਨ ਕਿਦਾਂ ਕਿਦਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਜੀ? ਸਵੇਰੇ ਉੱਠਦੇ ਹਾਂ ਜੀ, ਪਾਠ ਵਗੈਰਾ ਕਰਦੇ ਹਾਂ। ਚੰਗੀ ਗੱਲ ਹੈ ਜੀ। ਬਸ ਫਿਰ ਐਵੇਂ ਸ਼ਾਮ ਹੋ ਜਾਂਦੀ ਹੈਗੀ। ਅੱਗੇ ਜੀ ਸ਼ਾਮ ਤੋਂ ਬਾਅਦ ਵੀ ਕੁਛ ਹੁੰਦਾ ਹੋਣਾ ਜੀ? ਬਸ ਫਿਰ ਰੋਟੀ ਵਗੈਰਾ ਦਾ ਟਾਈਮ ਹੋ ਜਾਂਦਾ ਹੈਗਾ। ਹਾਂ ਰੋਟੀ ਦਾ ਖਾਣੇ ਮੈਨੂੰ ਪਤਾ ਲੱਗ ਗਿਆ ਜੀ। ਹਾਂਜੀ। ਅੱਗੇ ਜੀ ਘਰੇ ਕੰਮ ਕੁੰਮ ਕਰਾ ਦਿੰਦੇ ਜੋ ਕਹਿੰਦੇ ਆ ਮੰਮਾ। ਚੰਗੀ ਗੱਲ ਹੈ ਜੀ। ਅੱਗੇ ਜੀ ਬਸ ਫਿਰ ਰਾਤ ਦਾ ਟਾਈਮ ਹੋ ਜਾਂਦਾ, ਸੌ ਜਾਂਦੇ ਹਾਂ ਜੀ। ਇਹ ਗੱਲ ਹੈ, ਪੜ੍ਹਾਈ ਦੀ ਗੱਲ ਕਿਤੇ ਨਹੀਂ ਕੀਤੀ, ਘਰੇ ਜਾ ਕੇ ਨਹੀਂ ਪੜ੍ਹਦੇ ਕੋਈ? ਘਰੇ ਜਾ ਕੇ ਕਿਉਂ ਨਹੀਂ ਪੜ੍ਹਦੇ ਜੀ? ਨਹੀਂ ਪੜ੍ਹਦੇ ਐਵੇਂ ਦਾ ਘੰਟਾ। ਹਾਂ ਕਿਹੜਾ ਟਾਈਮ ਪੜ੍ਹਦੇ ਹੋ? ਸਾਰੀ ਤਾਂ ਰੂਟੀਨ ਬਣਾਤੀ ਜੀ। ਪਿੱਛੇ ਚੱਲਦੇ ਬਾਈ ਨਾਲ ਗੱਲਬਾਤ ਕਰਦੇ ਆ ਤੇ ਆਸਣ ਨਾਲ ਹੀ ਲੈ ਜਾਂਦੇ ਆ। ਚੱਲ ਭਰਾਵਾ, ਘਰੇ ਪੜ੍ਹਦਾ ਪੁੜਦਾ ਹੈਗਾ ਜਾਂ ਨਹੀਂ ਪੜ੍ਹਦਾ? ਨਾ ਭਰਾਵਾ, ਜਮੀ ਨਹੀਂ ਪੜ੍ਹਦਾ। ਫਿਰ ਪੜ੍ਹਨ ਤੇ ਕਿਉਂ ਨਹੀਂ ਧਿਆਨ ਦਿੰਦਾ ਯਾਰ? ਜੀ ਨਹੀਂ ਕਰਦਾ ਯਾਰ। ਜੀ ਕਿੱਥੇ ਕਰਦਾ ਤੇਰਾ? ਪਾਪੀ ਆ ਹੈਂ? ਜੀ ਤਾਂ ਟਾਈਮ ਟਾਈਮ ਦੀ ਗੱਲ ਹੁੰਦੀ ਆ, ਕਿਤੇ ਵੀ ਲੱਗ ਜਾਂਦਾ ਜੇ ਲੱਗਣਾ ਹੁੰਦਾ। ਹਾਂ ਕਿੱਥੇ ਕਿੱਥੇ ਜੀ ਲੱਗਦਾ ਤੇਰਾ? ਯਾਰਾਂ ਮਿੱਤਰਾਂ 'ਚ ਲੱਗ ਜਾਂਦਾ। ਚੰਗੀ ਗੱਲ, ਮਤਲਬ ਕਿਹੜੇ ਕਿਹੜੇ ਯਾਰ ਮਿੱਤਰ ਨੇ ਨਾ ਜੀ ਲੱਗਦਾ? ਆਹ ਤਿੰਨ ਬੈਠੇ ਨੇ। ਆਹ ਤਾਂ ਇਹਨਾਂ ਨਾਲ ਤੇਰਾ ਜੀ ਲੱਗਦਾ, ਇਹਨਾਂ ਦੀ ਖਾਸ ਗੱਲ ਕਿਹੜੀ ਕਿਹੜੀ ਹੈ? ਬਾਹਰੋਂ ਸ਼ਰੀਫ ਨੇ, ਅੰਦਰ ਲੁੱਤੇ ਨੇ। ਓਏ ਹੋਰ ਗੱਲ ਕਰਦੇ ਆਪਾਂ ਭਲੀ ਕਰੇ, ਮਤਲਬ ਬਾਹਰੋਂ ਬੰਦੇ ਸ਼ਰੀਫ ਹੈ ਜੀ, ਹੈ ਇਹਨਾਂ ਦੀ ਕੋਈ ਤਿੰਨ ਖਾਸ ਗੱਲਾਂ ਕੋਈ ਵਧੀਆ ਵਧੀਆ? ਭੋਲਾ ਥੋੜਾ ਜਿਹਾ। ਅੱਛਾ ਇਹ ਭੋਲਾ ਜਿਹਾ ਤੇ ਉਹ ਦੂਜਾ? ਉਹ ਤੋਂ ਵੀ ਭੋਲਾ। ਤੂੰ ਕੀ ਹੈ ਫਿਰ? ਸਭ ਤੋਂ ਭੋਲੇ। ਅੱਛਾ ਇਹ ਵੀ ਮਤਲਬ ਸਭ ਤੋਂ ਭੋਲਾ ਤੂੰ ਹੈ, ਸੈਕਿੰਡ ਨੰਬਰ ਤੇ ਉਹ ਹੈ, ਥਰਡ ਨੰਬਰ ਤੇ ਇਹ ਹੈ। ਹਾਂ ਮਤਲਬ ਤਿੰਨੇ ਆਉਣੇ ਤੁਸੀਂ ਭੋਲੇ ਜੀ ਹੋ ਹਜੇ ਤੱਕ ਤਾਂ? ਹਜੇ ਤੱਕ ਤਾਂ, ਚਲੋ ਚੰਗੀ ਗੱਲ ਹੈ। ਇੱਕ ਤਾਂ ਭੋਲਾ ਹੈ, ਦੂਜੀ ਖਾਸ ਗੱਲ? ਦੂਜੀ ਖਾਸ ਗੱਲ ਖਾਸ ਗੱਲ ਹੈ ਹੀ ਨਹੀਂ, ਉਹੀ ਤਾਂ ਗੱਲ ਹੈ। ਇਹਦੀ ਖਾਸ ਗੱਲ ਕੀ ਹੈ ਬਾਈ? ਇਹਦੀ ਖਾਸ ਗੱਲ ਤੇ ਇਹੀ ਹੈ, ਕੋਈ ਦੱਸਦਾ ਨਹੀਂ, ਰੋਂਦੀ ਰੱਖਦਾ ਜੀ। ਅੱਜ ਤਾਂ ਟਾਈਮ ਤੇ ਫੜਿਆ ਜੀ ਕੈਫੇ ਚ ਇੱਕ ਵਾਰ, ਮੈਂ ਤਾਂ ਕਰਾਉਣਾ ਹੀ ਨੀ ਵਿਆਹ, ਇਹਨਾਂ ਪਤਾ ਨੀ ਇਹਨਾਂ ਦਾ ਜੀ, ਮੈਂ ਤਾਂ ਨਜ਼ਾਰੀ ਲੈਣੇ ਨਿਕਲ। ਅੱਛਾ ਤੂੰ ਵਿਆਹ ਕਰਾਉਂਦਾ ਨੀ? ਮੈਂ ਤਾਂ ਕਰਾਉਂਦਾ ਨੀ। ਤੂੰ ਬਾਈ? ਓਏ ਹੁਣ ਦੀ ਸਿਚੁਏਸ਼ਨ ਹੈ ਵੀਰੇ, ਅੱਗੇ ਦੇਖੀ ਕੀ ਬਣਦਾ। ਆਪਣਾ ਤਾਂ ਪੱਕਾ ਜੀ, ਆਪਾਂ ਤਾਂ ਵਿਆਹ ਕੀ ਲੈਣਾ ਜੀ, ਰੋਟੀ ਆਪਾਂ ਨੂੰ ਪਕਾਉਣੀ ਆਉਂਦੀ ਹੈ ਜੀ। ਹਾਏ ਹਾਏ, ਬਾਕੀ ਨੂੰ ਹੋਟਲ ਤੋਂ ਲਵਾ ਲਾਂਗੇ, ਚਾਰ ਪੈਸੇ ਜੇਬ ਚ ਹੋਈ। ਹਾਂ ਹੁਣ ਤੈਨੂੰ ਕੁਆਰਾ ਕਹੀ ਜੀ, ਤੈਨੂੰ ਛੜਾ ਕਹੀਏ? ਉਹਨਾਂ ਛੜਾ ਹੀ ਕਹਿ ਦੋ ਜੀ, ਉਮਰ ਦਾ ਸਾਹਮ ਛੜਾ ਹੀ ਕਹਿ ਦੋ ਜੀ। ਛੜਾ ਕਹਿ ਦਈਏ ਆਪਾਂ? ਤੁਸੀਂ ਬਾਈ ਵਿਆਹ ਕਰਾਉਣਾ ਜ਼ਰੂਰੀ? ਫਿਰ ਤਾਂ ਯਾਰ ਔਖਾ ਹੋ ਜੂ, ਤੂੰ ਕੱਲਾ ਤੂੰ ਕਿਵੇਂ ਰਿਹਾ ਕਰੇਗਾ? ਇਹਨਾਂ ਨਾਲ ਲਾ ਜਾ ਕਰੂੰਗਾ ਟਾਈਮ। ਗੱਲਾਂ ਬਾਤਾਂ ਦੀ ਗੱਲ ਹੋਈ ਆ, ਹੋਰ ਪਾਸੇ ਬਾਈ ਜਾ ਰਹੇ। ਤੂੰ ਕਹਿਣਾ ਬਈ ਮੈਂ ਵਿਆਹ ਕਰਾਉਣਾ ਯਾਰ, ਜ਼ਰੂਰੀ ਹੈ ਵਿਆਹ ਤਾਂ ਕਰਾਉਣਾ ਪੈਣਾ ਜੀ, ਜੇ ਆਪਾਂ ਘਰਦਿਆਂ ਦੇ ਹਿਸਾਬ ਨਾਲ ਚੱਲਦੇ ਤਾਂ ਹੁਣ ਹੋ ਜਾਂਦਾ। ਅੱਛਾ ਹੁਣ ਸੋਚਿਆ ਜੀ ਬਈ ਪਹਿਲਾਂ ਬਾਹਰ ਹੀ ਜਾਣਾ ਜੀ, ਫਿਰ ਵਿਆਹ ਫਿਰ ਦੇਖਾਂਗੇ। ਹੂੰ ਕਰਾਉਣਾ ਤਾਂ ਜ਼ਰੂਰ ਹੈਗਾ ਚੱਲ। ਹਾਂਜੀ ਕਰਾ ਲਾਂਗੇ, ਜੇ ਰਹਿ ਹੋਈ ਕਰਾ ਲਾਂਗੇ, ਨਹੀਂ ਬਾਕੀ ਟਾਈਮ ਦੇ ਹਿਸਾਬ ਨਾਲ ਜੀ ਇਕੱਠੇ ਮਿਲਾਂਗੇ ਜੀ। ਮੈਂ ਤਾਂ ਕਹਿੰਦਾ ਇੱਕ ਦੂਜੇ ਨਾਲ ਕਰਾਉਂਗੇ। ਅੱਛਾ ਉਹ ਚਲੋ ਹਾਸਾ ਖੇਡਾ ਕਰਦੇ ਹਾਂ। ਕੋਈ ਗੱਲਬਾਤ ਕੋਈ ਮਨ ਚ ਹੋਵੇ, ਕੋਈ ਦਿਲ ਦੀ ਗੱਲ ਕਹਿਣਾ ਚਾਹੁੰਦਾ ਮੈਂ ਲਾਸਟ ਦੀ, ਇਹਨਾਂ ਦੀ ਕੋਈ ਜਾਂ ਕੋਈ ਮੰਮੀ ਡੈਡੀ ਦੀ ਜਾਂ ਕੋਈ ਕਿੱਸਾ ਵਾਪਰਿਆ ਵੀ ਜ਼ਿੰਦਗੀ, ਸਭ ਤੋਂ ਕੋਈ ਦੁੱਖ ਵਾਲਾ ਕੋਈ ਚੀਜ਼ ਲਾਈਫ ਦੀ? ਦੁੱਖ ਵਾਲੀ ਤਾਂ ਜੀ ਬਸ ਜੀ ਜਦੋਂ ਫਾਇਦਰ ਸਾਹਿਬ ਦੀ ਡੈਥ ਹੋ ਗਈ ਤੀ, ਬਸ ਸਭ ਤੋਂ ਵੱਡਾ ਦੁੱਖ ਵਾਲਾ ਟਾਈਮ ਉਹੀ ਤੀ। ਬਾਕੀ ਦੁੱਖ ਕੋਈ ਨੀ ਜੀ, ਬਸ ਐਸ਼ ਕਰਦੇ ਡੇਲੀ, ਕੋਈ ਗੱਲ ਨਹੀਂ। ਚਲੋ
ਜਦੋਂ ਫਾਦਰ ਸਾਹਿਬ ਦੀ ਡੈਥ ਹੋਈ ਕਿਵੇਂ ਕੀ ਦੱਸਣਾ ਚਾਹੁੰਦਾ ਮੇਰਾ ਭਰਾ ਵੀ ਕੋਈ ਗੱਲਬਾਤ ਨਹੀਂ ਨਹੀਂ ਕੋਈ ਚੱਕਰ ਨਹੀਂ ਉਹਦਾ ਹੀ ਨੈਚੁਰਲ ਸੀ ਵੈਸੇ ਕੋਈ ਆਪਣੀ ਜੋ ਕਿਸਮਤ ਚ ਹੁੰਦਾ ਜੀ ਉਹ ਚੱਲਣਾ ਪੈਂਦਾ ਸਾਰਿਆਂ ਨੂੰ ਜੀ ਸਹੀ ਗੱਲ ਹੈ ਕੋਈ ਗੱਲਬਾਤ ਵੀ ਜਿਹੜੇ ਮਨ ਚ ਹੈ ਪਤਾ ਬਈ ਕੀ ਹੈ ਦੇਖੋ ਤੁਹਾਡੇ ਵਰਗੇ ਉਹ ਵੀ ਭਰਾ ਬੈਠੇ ਸਾਡੇ ਕੋਲ ਜਿਹੜੇ ਮਾਂ ਪਿਓ ਦੀ ਇੰਨਾ ਕਦਰ ਕਰਦੇ ਆ ਜਦੋਂ ਦਿਲ ਭਰ ਆਉਂਦਾ ਬਈ ਜਦੋਂ ਇਹ ਚੀਜ਼ਾਂ ਗੱਲਬਾਤ ਯਾਦ ਆਉਂਦੀ ਹੈ ਨਾ ਕਈ ਬਈ ਇਦਾਂ ਦੇ ਵੀ ਕਿ ਜਿਹੜੇ ਮਾਂ ਪਿਓ ਨੂੰ ਠੋਕਰਾਂ ਮਾਰਦੇ ਆ ਸਤਿਕਾਰ ਨਹੀਂ ਕਰਦੇ ਗਲਤ ਗੱਲ ਹੈ ਜੀ ਮਾਂ ਪਿਓ ਦਾ ਇੱਕੋ ਹੀ ਸਭ ਤੋਂ ਕੀਮਤੀ ਮਾਂ ਪਿਓ ਹੁੰਦੇ ਨੇ ਉਹਨਾਂ ਨੇ ਠੋਕਰ ਮਾਰ ਕੇ ਕੀ ਲੈਣਾ ਜੀ ਕੀ ਮਿਲ ਜੂ ਕਿਸੇ ਨੂੰ ਤੇ ਇਹੀ ਗੱਲ ਆ ਜੀ ਵੀ ਸਾਂਭ ਕੇ ਰੱਖੋ ਜੀ ਹੋਰ ਚੀਜ਼ਾਂ ਆਉਂਦੀਆਂ ਜਾਂਦੇ ਰਹਿੰਦੇ ਨੇ ਇੱਕ ਮਾਂ ਪਿਓ ਨੇ ਜਿਹੜੇ ਮਿਲਦੇ ਨੀ ਕਦੇ ਮੁੜ ਕੇ ਕੋਈ ਡੈਡੀ ਦੀ ਕੋਈ ਗੱਲ ਤੇਰੇ ਯਾਦ ਵੀ ਡੈਡੀ ਯਾਰ ਜਦੋਂ ਐਂ ਕਹਿੰਦਾ ਹੁੰਦਾ ਸੀ ਵੀ ਆਹ ਗੱਲ ਅੱਜ ਮੈਂ ਦੇਖੀ ਆ ਬਸ ਇਹੀ ਖੁਸ਼ੀ ਹੁੰਦੀ ਸੀ ਬਈ ਬਈ ਤੇਰਾ ਵਿਆਹ ਕਰਾਂਗੇ ਜੀ ਖਾਸ ਚੀਜ਼ ਦੀ ਕੋਈ ਘਾਟ ਨੀ ਜੀ ਆਪਾਂ ਨੂੰ ਬਸ ਉਹੀ ਚੀਜ਼ ਮਿਸ ਕਰਦੇ ਹਾਂ ਜੀ ਬਹੁਤ ਟਾਈਮ ਲੰਘਾਉਣਾ ਸੀ ਜੀ ਆਪਣੇ ਫਾਦਰ ਸਾਹਿਬ ਨਾਲ ਬਹੁਤ ਪਿਆਰ ਸੀ ਜੀ ਇਹ ਤਾਂ ਗੱਲ ਹੈਗੀ ਸੋ ਅਸੀਂ ਮਿੱਤਰੋ ਇਹ ਗੱਲ ਮੈਂ ਜ਼ਰੂਰ ਸ਼ੇਅਰ ਕਰਦਾ ਨਾ ਅਤੇ ਕਈ ਵਾਰੀ ਅਸੀਂ ਸੁਣ ਚਲਾ ਲਓ ਜਾਂ ਦੇਖਦੇ ਵੀ ਇਹ ਚੀਜ਼ਾਂ ਨਾ ਵੀ ਆਪਾਂ ਯਾਰ ਮਾਂ ਪਿਓ ਨਾਲ ਜ਼ਰੂਰ ਹੈ ਨਾ ਵੀ ਕਈ ਵਾਰੀ ਮਾਂ ਪਿਓ ਦੀ ਗੱਲ ਨਹੀਂ ਸੁਣਦੇ ਵੀ ਯਾਰ ਨਹੀਂ ਇਹ ਤਾਂ ਬੋਲਦੀ ਰਹਿੰਦੇ ਪਰ ਇਹ ਗੱਲ ਵੀ ਯਾਰ ਮਾਂ ਪਿਓ ਹੁੰਦੇ ਨਾ ਕਿਉਂਕਿ ਜਿੰਨਾ ਕੋਲ ਬਈ ਚੀਜ਼ ਕੋਈ ਨਾ ਕੋਈ ਚੀਜ਼ ਨਾ ਇੱਦਾਂ ਦੀ ਕੋਈ ਪਾਰਟ ਮਿਸ ਹੋ ਜਾਂਦਾ ਲਾਈਫ ਦਾ ਚਾਹੇ ਮੰਮੀ ਹੈ ਚਾਹੇ ਡੈਡੀ ਤਾਂ ਉਦੋਂ ਉਹ ਚੀਜ਼ ਦਾ ਬੜਾ ਦੁੱਖ ਲੱਗਦਾ ਜਿਹਨੂੰ ਯਾਦ ਕਰਕੇ ਸੋ ਜ਼ਰੂਰ ਹੁਣ ਆਪਣੇ ਮਾਂ ਪਿਓ ਦੀ ਯਾਰ ਆਪਾਂ ਕਦਰ ਕਰਿਆ ਕਰੀਏ ਰਿਸਪੈਕਟ ਬਹੁਤ ਜ਼ਰੂਰੀ ਹੈ ਸਹੀ ਗੱਲ ਬਈ ਕਿ ਨਹੀਂ ਸਹੀ ਗੱਲ ਸਹੀ ਗੱਲ ਹੈ ਜੀ ਜਮਾਂ ਸਹੀ ਗੱਲ ਹੈ ਜੀ ਸਾਂਭ ਕੇ ਰੱਖਣੇ ਚਾਹੀਦੇ ਨੇ ਜੀ ਆਪਣੇ ਮਾਂ ਪਿਓ ਜੀ ਬਾਕੀ ਸਭ ਕੁਝ ਮਿਲ ਜੂ ਜੀ ਇਕੱਲੇ ਮਾਂ ਪਿਓ ਨਹੀਂ ਮਿਲਦੇ ਜ਼ਿੰਦਗੀ ਜੀ ਪਰਮਿੰਦਰ ਕੌਰ ਤੁਹਾਡਾ ਨਾਮ ਹੈ ਜੀ ਹਾਂਜੀ ਕਿੰਨੇ ਸਮੇਂ ਤੋਂ ਪੀਟੀ ਕਰਦੇ ਹੋ ਜੀ ਮੈਨੂੰ 1 ਵੀਕ ਹੋ ਗਿਆ 1 ਵੀਕ ਹੋ ਗਿਆ ਕੀ ਸ਼ੌਂਕ ਕੀ ਹੈ ਜੀ ਸ਼ੌਂਕ ਟਰੈਵਲਿੰਗ ਵਗੈਰਾ ਪੇਰੈਂਟਸ ਦੇ ਸੁਪਨੇ ਪੂਰੇ ਕਰਨੇ ਟਰੈਵਲਿੰਗ ਵਗੈਰਾ ਕਿ ਡਰਾਈਵਿੰਗ ਵਗੈਰਾ ਜੀ ਟਰੈਵਲਿੰਗ ਸ਼ੋਕਰਾ ਡਰਾਈਵਿੰਗ ਨਹੀਂ ਕਹਿੰਦੇ ਪਰ ਕਿ ਡਰ ਬਹੁਤ ਲੱਗਦਾ ਗੱਲਾਂ ਆਉਂਦੇ ਹੁਣ ਬਾਈ ਹੱਸਦਾ ਮੈਨੂੰ ਪਤਾ ਕੋਈ ਕਿੱਸਾ ਵਾਪਰ ਹੈ ਕੋਈ ਪਾਪਾ ਕੀ ਪਰੀ ਆਈ ਸੀ ਉੜਦੀ ਹੋਈ ਹੈ ਪੁੱਛਣਾ ਆ ਕੇ ਬੰਦਾ ਮੜਾ ਜਿਹਾ ਗੱਲਬਾਤ ਕਰ ਲਈਏ ਤੇ ਟਰੈਵਲਿੰਗ ਦਾ ਸ਼ੌਕ ਹੈ ਜੀ ਜੀ ਟਰੈਵਲਿੰਗ ਹਾਂ ਟਰੈਵਲਿੰਗ ਦਾ ਜੀ ਕਿੱਥੇ ਕਿੱਥੇ ਘੁੰਮੇ ਹੋ ਜੀ ਹਲ ਤੱਕ ਘੁੰਮਣਾ ਹੈ ਅੱਛਾ ਤਾਂ ਸ਼ੌਂਕ ਹੀ ਹੈ ਹਾਂਜੀ ਪੂਰੇ ਕਰਨੇ ਅੱਛਾ ਪੂਰੇ ਕਰਨੇ ਮਤਲਬ ਤੁਹਾਨੂੰ ਘੁੰਮਣ ਦਾ ਯਾਤਰਾ ਸ਼ੌਂਕ ਹੈ ਜੀ ਹਾਂਜੀ ਠੀਕ ਕਿੱਥੇ ਕਿੱਥੇ ਘੁੰਮਣ ਦੀ ਸਲਾਹ ਬਣਾਈ ਹੈ ਵੀ ਮੈਂ ਇੱਥੇ ਘੁੰਮ ਕੇ ਆਇਆ ਕਰੂੰਗੀ ਇਸ ਟਾਈਮ ਦਾ ਫੋਰਨ ਦਾ ਹੀ ਹੈ ਫੋਰਨ ਘੁੰਮਣਾ ਫੋਰਨ ਕਿੱਥੇ ਜੀ ਆਸਟ੍ਰੇਲੀਆ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਹਾਂਜੀ ਆਸਟ੍ਰੇਲੀਆ ਜਾ ਕੀ ਕਰੂੰਗੇ ਜੀ ਹਲੇ ਤਾਂ ਕੰਮ ਕਰਾਂਗੇ ਪੈਸੇ ਕਮਾ ਕੇ ਫਿਰ ਪੇਰੈਂਟਸ ਦੇ ਸੁਪਨੇ ਪੂਰੇ ਕਰਨੇ ਹੂੰ ਕੀ ਸੁਪਨੇ ਰੱਖਿਆ ਪੇਰੈਂਟਸ ਨੇ ਸਾਰੇ ਸੁਪਨੇ ਕਰਨੇ ਜੋ ਉਹਨਾਂ ਨੇ ਕਿਹਾ ਸਾਰੇ ਕਰਨੇ ਕੀ ਹੈ ਜੀ ਐਸ਼ ਕਰਨੀ ਹੈ ਪਹਿਲਾਂ ਤਾਂ ਉਹ ਤਾਂ ਤੁਸੀਂ ਕਰਨੀ ਹੈ ਨਾ ਜੀ ਉਹਨਾਂ ਨੂੰ ਵੀ ਕਰਾਉਣੀ ਹੈ ਅੱਛਾ ਪੇਰੈਂਟਸ ਨੂੰ ਐਸ਼ ਕਰਾਉਣੀ ਚੰਗੀ ਗੱਲ ਹੈ ਚੰਗੀ ਗੱਲ ਭੈਣ ਭਰਾ ਹੈਗਾ ਜੀ ਕੋਈ ਛੋਟਾ ਵੱਡਾ ਹਾਂਜੀ ਛੋਟਾ ਭਰਾ ਛੋਟਾ ਭਰਾ ਉਹ ਲੜਦਾ ਤੁਹਾਡੇ ਨਾਲ ਜੀ ਬਹੁਤ ਲੜਦਾ ਕਿਹੜੀ ਗੱਲ ਤੇ ਲੜਦਾ ਜੀ ਉਹ ਤਾਂ ਗੱਲ ਤੇ ਮਾਰਦਾ ਰਹਿੰਦਾ ਮਤਲਬ ਤੁਸੀਂ ਥਾਪੜੇ ਖਾਂਦੇ ਹੋ ਜੀ ਲਾਨੀ ਵੀ ਹੈ ਮਤਲਬ ਤੁਸੀਂ ਮਾਰਦੇ ਵੀ ਹੋ ਜੀ ਮਤਲਬ ਲੜਾਈ ਕਿਹੜੀ ਗੱਲ ਤੇ ਹੁੰਦੀ ਹੈ ਭਰਾ ਨਾਲ ਜੀ ਉਹ ਤਾਂ ਹੀ ਮਾਰਦੇ ਮਤਲਬ ਜੇ ਲੰਘਦਾ ਨਾ ਤਾਂ ਹੀ ਮਾਰ ਜਾਂਦਾ ਉੱਪਰ ਕੱਲ ਮੈਂ ਉੱਪਰ ਪੜ੍ਹਾਈ ਕਰ ਰਹੀ ਸੀ ਮੈਨੂੰ ਫੋਨ ਕਰਕੇ ਕਹਿੰਦਾ ਨੀਚੇ ਆ ਜਾ ਫਿਰ ਲੜ ਪਿਆ ਫਿਰ ਮਤਲਬ ਮੌਕਾ ਚਾਹੀਦਾ ਹੁੰਦਾ ਲੜਨ ਨਹੀਂ ਜੋ ਤੁਸੀਂ ਥੱਲੇ ਗਏ ਮਤਲਬ ਰਿਐਕਸ਼ਨ ਕੀ ਆਇਆ ਸੀ ਕੋਲ ਅੱਤੇ ਜੀ ਕੋਈ ਵੀ ਨਹੀਂ ਰਿਐਕਸ਼ਨ ਮੈਨੂੰ ਪਤਾ ਹੁੰਦਾ ਉਹਦਾ ਸਿੱਧਾ ਰਿਐਕਸ਼ਨ ਹੀ ਆਇਆ ਜੀ ਕੀ ਰਿਐਕਸ਼ਨ ਕੀ ਆਇਆ ਜੀ ਕੋਲ ਮਤਲਬ ਜਦੋਂ ਸਿੱਧਾ ਥਾਪੜੇ ਆਈ ਪੈਣੇ ਸਟਾਰਟ ਹੋ ਗਈ ਕਿੰਨੇ ਕੁ ਪਏ ਜੀ ਗੇਟ ਮਤਲਬ ਖੋਲਣ ਲੱਗੀ ਪੈਨ ਪਹਿਲਾਂ ਕਹਿੰਦਾ ਤੂੰ ਆ ਕਰਨ ਕੀ ਆਈ ਹੈ ਪਹਿਲਾਂ ਤਾਂ ਫੋਨ ਕਰਕੇ ਬੁਲਾਇਆ ਮੈਨੂੰ ਅੱਛਾ ਜੀ ਅੱਛਾ ਪਹਿਲਾਂ ਕਹਿੰਦਾ ਹੁਣ ਉੱਪਰ ਹੀ ਵਗ ਜਾ ਤੂੰ ਫਿਰ ਮੈਂ ਗਈ ਨਹੀਂ ਫਿਰ ਥਾਪੜੇ ਪਏ ਤੁਹਾਡੇ ਜੀ ਨਹੀਂ ਹੈ ਨਹੀਂ ਪੈਂਦੇ ਡੈਡੀ ਹੁੰਦੇ ਰਹਿੰਦੇ ਘਰੇ ਫਿਰ ਨਹੀਂ ਪੈਂਦੇ ਅੱਛਾ ਜੀ ਡੈਡੀ ਨਹੀਂ ਹੁੰਦੇ ਜੀ ਮੰਮੀ ਦਾ ਦੇਖਿਆ ਵੀ ਪਹਿਲਾਂ ਮੰਮੀ ਬੜੀ ਖੁਸ਼ ਰਹਿੰਦੀ ਸੀ ਹੁਣ ਮੰਮੀ ਉਦਾਸ ਰਹਿਣ ਲੱਗ ਗਈ ਕੋਈ ਨੇਚਰ ਚ ਚੇਂਜਿੰਗ ਆਈ ਹੋਵੇ ਜੀ ਕਾਫੀ ਆਈ ਆ ਗਈ ਜਿੱਦਾਂ ਪੈਸੇ ਦੀ ਕਮੀ ਕਾਫੀ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਫਿਰ ਹੁਣ ਸੋਚਿਆ ਕਿ ਮਨ ਚ ਵੀ ਕੀ ਕਰਨਾ ਕੀ ਹੈ ਪੈਸੇ ਕਮਾਉਣੇ ਆ ਬਾਹਰ ਜਾ ਕੇ ਤੇ ਮੰਮਾ ਨੂੰ ਵੀ ਬਾਹਰ ਲੈ ਕੇ ਜਾਣਾ ਤੇ ਹਰ ਕੁਝ ਸੀ ਦੇਣਾ ਨਹੀਂ ਨਹੀਂ ਜ਼ਰੂਰ 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 ਅਸੀਂ ਵੀ ਇਹੀ ਦੁਆ ਸਾਡੀ ਤੁਹਾਡੇ ਨਾਲ ਹੈ ਠੀਕ ਹੈ ਜੀ ਤੇ ਜ਼ਰੂਰ ਪੈਸਾ ਕਮਾਓ ਤੇ ਇੱਥੇ ਮੈਂ ਇੱਕ ਗੱਲ ਸ਼ੇਅਰ ਕਰਦਾ ਮਿੱਤਰੋ ਤੇ ਜੱਜ ਸਾਹਿਬ ਨੇ ਮੈਨੂੰ ਵੀ ਟੀਚ ਕਰਾਇਆ ਹੈਗਾ
2 महीने मंग मैं भी जा सब तो क्लासा लाई पर बैंड फिर भी नहीं आए मजाक करते सो मैं बहुत टाइम तू जान ਕਿਹੜੀ ਗੱਲ ਮੈਮ ਦੀ ਖਾਸ ਲੱਗਦੀ ਤੁਹਾਨੂੰ ਮੈਡਮ ਜੀ ਸਹੀ ਗੱਲ ਦੱਸਦੇ ਵੀ ਜਿਹੜੀ ਹੁੰਦੀ ਆ ਵੀ ਜਿਵੇਂ ਇਹਨਾਂ ਨੇ ਉਹ ਕਰਿਆ ਨਾ ਵੀ ਆਪਦਾ ਉਹ ਵੀ ਹਰ ਇੱਕ ਚੀਜ਼ ਸਹੀ ਦੱਸਦੇ ਨੇ ਸਾਨੂੰ ਜਿੱਦਾਂ ਹੁੰਦੀ ਆ ਹਾਂ ਵੀ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਉਹ ਚੀਜ਼ ਸਮਝਾ ਦੱਸ ਦੱਸਣਾ ਕੀ ਚਾਹੁੰਦਾ ਹੈ ਮੈਨੂੰ ਦੱਸਤਾ ਵੀ ਜਿਹੜਾ ਵੀ ਵਧੀਆ ਵੀ ਠੀਕ ਹੈ ਨਾ ਜੱਜ ਨੇ ਇੱਕਦਾਂ ਹੀ ਨੇਚਰ ਵਾ ਵਧੀਆ ਹਾਸੀ ਵਾਲਾ ਹਰ ਇੱਕ ਨਾਲ ਪੋਲਾਈਟਲੀ ਬੋਲਦਾ ਨੇ ਪੋਲਾਈਟਲੀ ਪੋਲਾਈਟਲੀ ਅੱਛਾ ਪੋਲਾਈਟਲੀ ਮੈਂ ਯਾਦ ਆ ਮੈਨੂੰ ਯਾਦ ਆ ਜਿੱਦਣ ਪਹਿਲੇ ਦਿਨ ਆਏ ਤੇ ਮੈਡਮ ਨੇ ਬਹੁਤ ਵਧੀਆ ਬੋਲਿਆ ਹਨਾ ਮੇਰੇ ਨਾਲ ਹਾਂ ਤੇ ਉਸ ਤੋਂ ਬਾਅਦ ਚ ਪਹਿਲੀ ਗੱਲ ਤਾਂ ਇਹ ਹੋ ਗਈ ਦੂਜੀ ਗੱਲ ਮੈਡਮ ਦੀ ਸਕਿੱਲ ਵੀ ਬਹੁਤ ਵਧੀਆ ਬਹੁਤ ਪੜਾਉਂਦੇ ਨੇ ਇਹ ਗੱਲ ਮੰਨਣ ਵਾਲੀ ਸਹੀ ਗੱਲ ਠੀਕ ਆ ਤੇ ਤੀਜੀ ਗੱਲ ਬੰਨੇ ਗੁੱਡ ਆਈ ਸਾਰਾ ਕੁਝ ਜਿਵੇਂ ਐਂਡ ਲਗਾ ਜਿਵੇਂ ਫਰੈਂਡ ਲਗਾ ਮੈਂ ਮੈਂ ਵੌਇਸ ਨੂੰ ਮੂੰਹ ਤੇ ਕਹਿ ਦਿੰਨੀ ਆ ਵੀ ਤੁਸੀਂ ਸਿਰਫ ਜਾ ਕੇ ਮੰਗਨੇ ਆ ਤੁਹਾਨੂੰ ਨਹੀਂ ਪਤਾ ਵੀ ਤੁਹਾਡੇ ਪੇਰੈਂਟਸ ਕਿਵੇਂ ਅਰੇਂਜ ਕਰਦੇ ਆ ਵੀ ਥੋੜਾ ਜਿਹਾ ਪੈਸੇ ਦੀ ਕੀਮਤ ਨੂੰ ਸਮਝੋ ਜਿੱਦਣ ਆਪ ਕਮਾਉਣ ਲੱਗੇ ਉਦੋਂ ਪਤਾ ਲੱਗ ਪੈਸੇ ਦੀ ਲਾਈਫ ਚ ਕਿੰਨੀ ਕੁ ਵੈਲਿਊ ਹੈ ਜੀ ਇੰਪੋਰਟੈਂਟ ਪੈਸਾ ਬਹੁਤ ਇੰਪੋਰਟੈਂਟ ਆ ਹਰ ਇੱਕ ਦੀ ਲਾਈਫ ਚ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਇਨਸਾਨ ਬਿਨਾਂ ਪੈਸੇ ਤੋਂ ਸਰਵਾਈਵ ਕਰ ਸਕਦਾ ਓਵਰਆਲ ਲਾਈਫ ਠੀਕ ਚੱਲਦੀ ਹੈ ਜੀ ਹਾਂ ਜੀ ਸਰ ਖੁਸ਼ ਹੋ ਲਾਈਫ ਤੋਂ ਸਾਰੇ ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤਾੜੀਆਂ ਲਾਓ ਵੀ ਮੈਮ ਲਈ ਆ ਬਹੁਤ ਸੋਹਣੀ ਗੱਲਬਾਤ ਥੈਂਕ ਯੂ ਸੋ ਮਚ ਮੈਮ ਥੈਂਕ ਯੂ